ਸਤਨਾਮ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਸਤ ਗੁਰਾ ਸਾਬਦ ਤੁਮ ਹਰ ਜਾਣੋ ਆਪੇ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰ ਨਾਨਕ ਜਨ ਕੇ ਰਾ ਜਿਤ ਮਿਲੇ ਚੁਕੇ ਸਬ ਸੋਗ ਸੰਤਾ ਪੇ ਪਰਮ ਸਨਮਾਨ ਜੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਬਖਸ਼ੀ ਫਤਿਹ ਪ੍ਰਵਾਨ ਪ੍ਰਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਜੀ ਦੀ ਕਿਰਪਾ ਔਰ ਆਪ ਸੰਗਤ ਦੀ ਅਸੀਸ ਦੇ ਸਦਕਾ ਸਤਕਾਰਯੋਗ ਧੰਨ ਧੰਨ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਵਿਚਾਰਧਾਰਾ ਦੇ ਨਾਲ ਪਿਛਲੇ ਸਮੇਂ ਤੋਂ ਜੁੜਦੇ ਆ ਰਹੇ ਹਾਂ ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਅਮਰਤ ਮਈ ਬੋਲ ਗੂਜਰੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 525 ਉੱਪਰ ਸ਼ਸ਼ੋਭਤ ਹੈ। ਕਿਰਪਾ ਕਰਕੇ ਭਗਤ ਜੀ ਫਰਮਾਉਂਦੇ ਹਨ ਗੂਜਰੀ ਘਰ ਪਹਿਲਾ ਮਲੈ ਨਾ ਲਾਛੇ ਪਾਰ ਮਲੋ ਪਰਮਲਿਓ ਬੈਠੋ ਰੀ ਆਈ ਆਵਤ ਕਿਨੇ ਨਾ ਪੇਖਿਓ ਕਮਨੇ ਜਾਣੈ ਰੀ ਬਾਈ ਕੌਣ ਜਕ ਹੈ ਕਿਨ ਬੁੱਝੀ ਹੈ ਰਮਈਆ ਆਕਲ ਰੀ ਬਾਈ ਰਹਾਓ ਜਿਉ ਆਕਾਸ਼ੈ ਪੰਖੀ ਅਲੋਖੋ ਜੇ ਨਿਰਖਿਓ ਨਾ ਜਾਈ ਜਿਉ ਜਲ ਮੱਝ ਹੈ ਮਾਸ਼ਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸ਼ੈ ਕੜੂਵਲੋ ਮ੍ਰਿਗ ਤ੍ਰਿਸ਼ਨਾ ਭਰਿਆ ਨਾਮੇ ਚੇ ਸੁਆਮੀ ਬੀਠ ਲੋ ਜਿੰ ਤੀਨੇ ਜਰਿਆ ਭਗਤ ਜੀ ਨੇ ਇਸ ਸਮੁੱਚੇ ਸ਼ਬਦ ਅੰਦਰ ਪਰਮ ਪਿਤਾ ਪਰਮਾਤਮਾ ਦੇ ਰਹਸ ਦੀ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਰਮਜ਼ਾਂ ਦੀ ਬਾਤ ਸਾਡੇ ਸਾਹਮਣੇ ਰੱਖੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਆਖਿਆ ਜਿੱਥੇ ਹਜ਼ੂਰ ਕਹਿੰਦੇ ਨੇ ਸੰਤਨ ਕੀ ਸੁਣ ਸਾਚੀ ਸਾਖੀ ਜਿਹੜੇ ਰੱਬ ਦੇ ਪਿਆਰੇ ਧਰਮ ਦੇ ਨਾਲ ਜੁੜ ਗਏ ਜਿਨ੍ਹਾਂ ਦਾ ਜੀਵਨ ਪਰਮਾਤਮਾ ਦੇ ਗੁਰੂ ਦੇ ਚਰਨਾਂ ਵਰਗਾ ਹੋ ਗਿਆ ਜਿਨ੍ਹਾਂ ਵਿੱਚ ਉਹ ਰੱਬੀ ਮਹਾਂਪੁਰਸ਼ ਜਿਨ੍ਹਾਂ ਦੀ ਸੂਰਤ ਦੀ ਉਡਾਰੀ ਪਰਮਾਤਮਾ ਦੇ ਚਰਨਾਂ ਨਾਲ ਇੱਕਮਿਕ ਹੋ ਗਈ ਉਹਨਾਂ ਦੀ ਗੱਲ ਕਰਦੇ ਆ ਆਖਿਆ ਵੀ ਉਹਨਾਂ ਦੀ ਸੱਚੀ ਸਿੱਖਿਆ ਨੂੰ ਸੁਣ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ ਉਹ ਦੁਨੀਆਂ ਵਿੱਚ ਉਹੀ ਬੋਲਦੇ ਆ ਜੋ ਉਹਨਾਂ ਅੱਖਾਂ ਦੇ ਨਾਲ ਵੇਖਿਆ ਆ ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸ਼ੁੱਧ ਗਿਆਨ ਆ ਪਿਆਰ ਵਾਲਿਓ ਨਾ ਤੇ ਇਹ ਕਿਸੇ ਵਿਦਵਾਨ ਦੀ ਰਚਨਾ ਆ ਨਾ ਕਿਸੇ ਫਿਲਾਸਫਰ ਦੀ ਕਹਾਣੀ ਆ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ ਵੀ ਸਤਗੁਰੂ ਇਹ ਕੀ ਹੈ ਤੇ ਮਾਲਕ ਕਹਿੰਦੇ ਲੋਕ ਜਾਣੈ ਇਹ ਗੀਤ ਇਹ ਤੋਂ ਬ੍ਰਹਮ ਵਿਚਾਰ ਜਿਉ ਕਾਂਚੀ ਉਪਦੇਸ਼ ਹੋਏ ਮਾਨਸਮਰਤੀ ਵਾਰ ਲੋਕੀ ਜੋ ਮਰਜੀ ਕਹਿੰਦੇ ਰਹਿਣ ਵੀ ਇਹ ਗੀਤ ਹੈ ਕਵਿਤਾ ਹੈ ਪਰ ਸੱਚ ਇਹ ਵੇ ਇਹ ਬ੍ਰਹਮ ਦੀ ਬਾਤ ਆ ਪਰਮਾਤਮਾ ਦੀ ਬਾਤ ਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ ਕਿਤੇ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਆ ਵੀ ਬਾਣੀ ਦਾ ਉਚਾਰਨ ਕਰਤਾ ਬਾਣੀ ਹੈ ਕੀ ਦੀ ਤੇ ਬਾਬਾ ਨਾਨਕ ਜੀ ਕਹਿੰਦੇ ਮੈਂ ਸਿਰਫ ਇੱਕ ਜ਼ਰੀਆ ਆ ਬਖਸ਼ਣ ਵਾਲਾ ਕੌਣ ਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਇਹ ਖਸਮ ਦੀ ਬਾਣੀ ਆ ਜਿਵੇਂ ਉਹ ਅਕਾਲ ਪੁਰਖ ਖੁਦ ਕਹਿ ਰਿਹਾ ਹੈ ਮੈਂ ਉਹਵੇਂ ਬਿਆਨ ਕਰ ਰਿਹਾ ਹਾਂ ਕਿਤੇ ਹਜ਼ੂਰ ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ ਇਹ ਮੇਰੇ ਆਪਣੇ ਬੋਲ ਨਹੀਂ ਐ ਮੈਂ ਕਹਿਆ ਸਭ ਹੁਕਮਾਉ ਜੀਓ ਇਹ ਜੋ ਉਹਦਾ ਹੁਕਮ ਹੈ ਨਾ ਮੈਂ ਉਹ ਕਹਿ ਰਿਹਾ ਹਾਂ ਹੁਣ ਉਹਦੇ ਵਿੱਚ ਭਾਵੇਂ ਭਗਤਿਆ ਭਾਵੇਂ ਗੁਰੂ ਸਾਹਿਬਾਨ ਆ ਭਾਵੇਂ ਪਟ ਸਾਹਿਬਾਨ ਆ ਤੇ ਭਾਵੇਂ ਗੁਰਸਿੱਖ ਸਾਹਿਬਾਨ ਆ ਭਾਵ ਸਮੁੱਚੇ ਬਾਣੀਕਾਰ ਅੱਜ ਭਗਤ ਨਾਮਦੇਵ ਮਹਾਰਾਜ ਨੇ ਇਹ ਸ਼ਬਦ ਨੂੰ ਅਸੀਂ ਦੋ ਪੱਖਾਂ ਦੇ ਵਿਚਾਰਾਂਗੇ ਇੱਕ ਦੁਨੀਆ ਤੇ ਉਹ ਲੋਕ ਅਸੀਂ ਕਹਿੰਨੇ ਫੁਲਾਣੇ ਬੰਦੇ ਦੀ ਰੱਬ ਤੱਕ ਪਹੁੰਚਿਆ ਉਹਨੇ ਰੱਬ ਨੂੰ ਸਮਝ ਲਿਆ ਉਹਨੇ ਰੱਬ ਨੂੰ ਪਾ ਲਿਆ ਉਹਨੇ ਰੱਬ ਨੂੰ ਵੇਖ ਲਿਆ ਜਾਂ ਅਸੀਂ ਆਮ ਤੌਰ ਤੇ ਕੁਝ ਲੋਕਾਂ ਦੇ ਅੱਗੇ ਲਫ਼ਜ਼ ਲਾਉਣ ਲੱਗ ਪਏ ਭਗਵਾਨ ਹੈ ਇਨਸਾਨੀ ਜ਼ਿੰਦਗੀ ਪਰ ਅਸੀਂ ਉਹਨੂੰ ਰੱਬ ਦਾ ਦਰਜਾ ਦੇ ਦਿੱਤਾ ਅਸਲ ਵਿੱਚ ਰੱਬ ਦੀ ਕਹਾਣੀ ਕੀ ਹੈ ਕੌਣ ਹੈ ਪਰਮਾਤਮਾ ਕੀ ਬਖਸ਼ਿਸ਼ਾਂ ਕਰਨ ਵਾਲਾ ਤੇ ਉਹਦੇ ਬਾਬਤ ਜੋ ਰੱਬੀ ਜਨਾਂ ਨੇ ਜਾਣਿਆ ਅੱਜ ਸਾਹਮਣੇ ਮਨੁੱਖਤਾ ਦੀ ਝੋਲੀ ਵਿੱਚ ਮਹਾਰਾਜ ਭਗਤ ਜੀ ਨੇ ਉਹੀ ਦਾਤਾਂ ਪਾਈਆਂ ਰਖਾਓ ਬੰਦ ਵਿੱਚ ਭਗਤ ਜੀ ਕਹਿੰਦੇ ਆ ਕੌਣ ਕਹੈ ਕਿਨ ਬੁੱਝੀਐ ਰਮਈਆ ਆ ਕੁਲ ਰੀ ਭਾਈ ਇਹ ਮੇਰੀਏ ਭੈਣੇ ਪਰਮ ਪਿਤਾ ਪਰਮਾਤਮਾ ਸਮੁੱਚੀ ਕਾਇਨਾਤ ਦੇ ਵਿੱਚ ਬਿਰਾਜ਼ਮਾਨ ਹੈ ਔਰ ਉਹਦੇ ਮੁਕੰਮਲ ਸਰੂਪ ਨੂੰ ਦੁਨੀਆ ਦੀ ਕੋਈ ਕਲਮ ਬਿਆਨ ਨਹੀਂ ਕਰ ਸਕਦੀ ਕਿਸੇ ਦੀ ਕਲਮ ਵਿੱਚ ਇਹ ਤਾਕਤ ਨਹੀਂ ਵੀ ਜੋ ਉਹ ਕਵੇ ਵੀ ਮੈਂ ਆ ਲਿਖ ਦਿੱਤਾ ਹੁਣ ਇੱਕ ਖਤਮ ਹੈ ਕਹਾਣੀ ਇਹ ਤੋਂ ਅੱਗੇ ਰੱਬ ਦੀ ਬਾਤ ਨਹੀਂ ਹੋਏਗੀ ਐਸਾ ਨਹੀਂ ਹੈ ਕੌਣ ਕਹੇ ਕਿਣ ਬੁੱਝੀਏ ਰਮਈਆ ਆ ਕੁਲਰੀ ਬਾਈ ਮਹਾਰਾਜ ਕਹਿੰਦੇ ਨਾ ਉਹਦੇ ਕੁਸੇ ਮੁਕੰਮਲ ਸਰੂਪ ਨੂੰ ਕਿਸੇ ਨੇ ਬਿਆਨ ਕੀਤਾ ਨਾ ਕੋਈ ਉਹਦੇ ਮੁਕੰਮਲ ਸਰੂਪ ਨੂੰ ਅੱਜ ਤੱਕ ਸਮਝ ਸਕਿਆ ਹੈ ਜਿਵੇਂ ਗੁਰੂ ਸਾਹਿਬ ਇੱਕ ਉਦਾਹਰਨ ਦਿੰਦੇ ਆ ਇਹਨੂੰ ਇਸ ਤਰੀਕੇ ਨਾਲ ਫਿਰ ਸਮਝਣ ਦਾ ਯਤਨ ਕਰਿਓ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰਮਾਤਮਾ ਦੇ ਵਿੱਚ ਪਿਆਰਿਓ ਸਮਾਇਆ ਜਾ ਸਕਦਾ ਆ। ਅੰਤ ਪਾਉਣਾ ਹੋਰ ਗੱਲ ਐ। ਬੇਅੰਤ ਦੇ ਵਿੱਚ ਸਮਾ ਜਾਣਾ ਹੋਰ ਗੱਲ ਐ। ਜਿਵੇਂ ਹਜ਼ੂਰ ਇੱਕ ਗੱਲ ਕਹਿੰਦੇ ਪਿਤਾ ਕਾ ਜਨਮ ਕੇ ਜਾਨੈ ਪੂਤ। ਸਗਲ ਪਰੋਈ ਆਪਣੇ ਸੂਤ। ਬਾਪ ਨੂੰ ਔਲਾਦ ਦਾ ਤੇ ਪਤਾ ਆ ਵੀ ਮੇਰਾ ਬੱਚਾ ਕਿਸ ਦਿਨ ਪੈਦਾ ਹੋਇਆ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਇਹਨੇ ਪਹਿਲਾ ਸਵਾਸ ਲਿਆ ਬਾਪੂ ਤੇ ਔਲਾਦ ਬਾਰੇ ਜਾਣਦਾ ਆ ਪਰ ਧਿਆਨ ਦਿਓ ਔਲਾਦ ਬਾਪ ਬਾਰੇ ਕੀ ਜਾਣੇਗੀ ਔਲਾਦ ਬਾਪੂ ਬਾਰੇ ਸੁਣ ਸਕਦੀ ਹੈ ਵੀ ਮੇਰੇ ਬਾਪ ਦਾ ਬਰਥ ਆ ਤਰੀਕ ਦਾ ਆ ਇਹਦਾ ਜਨਮ ਐਸ ਤਰੀਕ ਦਾ ਆ ਇਹ ਐਸ ਹਸਪੀਟਲ ਵਿੱਚ ਹੋਇਆ ਜਾਂ ਇੱਥੇ ਇਹਦਾ ਜਨਮ ਹੋਇਆ ਸਿਰਫ ਸੁਣ ਕੇ ਗਿਆਨ ਹਾਸਲ ਕੀਤਾ ਜਾ ਸਕਦਾ ਆ ਜਿਹਦਾ ਵजूद ਹੀ ਨਹੀਂ ਸੀ ਸਾਡਾ ਵजूद ਨਹੀਂ ਹੈ ਅਸੀਂ ਬਾਪ ਦੇ ਜਨਮ ਵੇਲੇ ਜਦੋਂ ਸਾਡਾ ਹੀ ਵजूद ਨਹੀਂ ਅਸੀਂ ਬਾਪੂ ਬਾਰੇ ਕੀ ਜਾਣਦੇ ਆ ਜਿਸ ਵੇਲੇ ਪਰਮਾਤਮਾ ਦੀ ਗੱਲ ਚੱਲੇਗੀ ਜਦੋਂ ਸਾਡਾ ਵजूद ਹੀ ਨਹੀਂ ਅਸੀਂ ਉਹਦੀ ਕੀ ਗੱਲ ਕਰਾਂਗੇ ਕੱਲੀ ਮਨੁੱਖਤਾ ਦੀ ਗੱਲ ਹੀ ਨਹੀਂ ਮਹਾਰਾਜ ਕਹਿੰਦੇ ਅੰਤ ਨ ਪਾਵਤ ਦੇਵ ਸਭੈ ਦੁਨੀਆ ਤੇ ਜਿੰਨੇ ਦੇਵੀ ਦੇਵਤੇ ਆ ਉਹਦਾ ਅੰਤ ਨਹੀਂ ਕਿਸੇ ਪਾਇਆ ਅੰਤ ਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਕੀ ਇੰਦਰ ਤੇ ਕੀ ਸ਼ਿਵ ਜੀ ਭੋਲੇ ਵਰਗੇ ਰੱਬ ਦੀ ਗੱਲ ਚੱਲੀ ਏ ਪਿਆਰਿਓ ਦੇਵੀ ਦੇਵਤਿਆਂ ਦਾ ਆਪਣਾ ਸਰੂਪ ਦੁਨੀਆ 'ਚ ਕਾਇਮ ਹੋਏਗਾ ਪਰ ਜਦੋਂ ਗੱਲ ਖੁਦਾ ਦੀ ਰੱਬ ਦੀ ਆ ਗਈ ਨਾ ਬਾਕੀ ਸਭ ਕੁਝ ਉਹਦੇ ਤੋਂ ਛੋਟਾ ਆ अंतना पावत देव सबे सब मुनि इंद्र महाशिव योग करी फन बेद विरंच विचार रहयो हर जाप ना छाडों एक करी मथुरा जन को प्रभु दीन दयाल है संगत सृष्टि निहाल करी रामदास गुरु जगतारण को गुरु ज्योत अर्जुन माहे तरी रब दा अंत नहीं दूजी गल भगत बाबा कबीर महाराज कहंदे आ ਸਨਕ ਸੁਨੰਦ ਮਹੇਸ਼ ਸਮਾਨਾ ਸੰਕ ਸੁਨੰਦ ਦੇ ਅਖਰੀ ਅਰਥ ਆ ਬ੍ਰਹਮਾ ਜੀ ਦੇ ਚਾਰ ਪੁੱਤਿਆ ਸੰਕ ਸੁਨੰਦ ਸਨਾਤਨ ਤੇ ਸੰਤ ਕੁਮਾਰ ਸੰਕ ਸੁਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ ਇੱਕ ਰੱਬੀ ਬਾਣੀ ਚ ਬਚਨ ਆਉਂਦਾ ਸਹਸ ਸਹਸ ਦਾ ਅਖਰੀ ਅਰਥ ਆ ਹਜ਼ਾਰ शेष ਤੋਂ ਲਫਜ਼ ਵਿਗੜ ਕੇ ਬਣਿਆ ਸ਼ੇਸ਼ ਇੱਕ ਮਨਉਤ ਹੈ ਸੰਸਾਰ ਦੀ ਵਿਸ਼ੇਸ਼ਨਾਗ ਦੇ ਹਜ਼ਾਰਾਂ ਮੁਖਲੇ ਹੈ ਉਹ ਰੱਬ ਦੇ 1001 ਵਾਰੀ ਚ ਹਜ਼ਾਰ ਨਾਮ ਲੈਂਦਾ ਹੈ ਔਰ ਜਿਹੜਾ ਨਾਮ ਇੱਕ ਵਾਰੀ ਲੈਂਦਾ ਹੈ ਦੁਬਾਰਾ ਨਹੀਂ ਉਹਨੂੰ ਵਾਰ-ਵਾਰ ਨਵੇਂ ਨਾਮ ਲੈਂਦਾ ਹੈ ਭਗਤ ਜੀ ਕਹਿੰਦੇ ਉਹ ਲੈਂਦਾ ਹੋਏਗਾ ਪਰ ਅੰਤ ਰੱਬ ਦਾ ਉਹਨੇ ਵੀ ਨਹੀਂ ਪਾਇਆ ਸੰਕ ਸੁਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ RAM ਰਿਧੈ ਵਸਾਈ ਉਹਦੇ ਚ ਸਮਾਇਆ ਜਾ ਸਕਦਾ ਉਹਦਾ ਅੰਤ ਨਹੀਂ ਫਿਰ ਕਿੰਨੇ ਹਨੂਮਾਨ ਸਰ ਗਰੁੜ ਸਮਾਨਾ ਕਮਲਾ ਪਤ ਕਮਲਾ ਨਹੀਂ ਜਾਨਾ ਚਾਰ ਬੇਦ ਅਰ ਸਿਮਰਤ ਪ੍ਰਾਨਾ ਜਿੰਨੇ ਦੁਨੀਆ ਚ ਆਏ ਕੀ ਵੇਦ ਕੀ ਕਤੇਬ ਕੀ ਦੇਵੀ ਦੇਵ ਤੇ ਰਿਸ਼ੀ ਮੁਨੀ ਪੀਰ ਪੈਗੰਬਰ ਸ਼ੇਖ ਮਸਾਇ ਕੌਲੀਏ ਨਬੀ ਅਵਤਾਰ ਗੌਸ ਕੁਤਬ ਦੁਨੀਆ ਤੇ ਜੋ ਵੀ ਆਏ ਰੱਬ ਦੀ ਗੱਲ ਜ਼ਰੂਰ ਕਰਦੇ ਹੋਣਗੇ ਪਰ ਰੱਬ ਦੀ ਜਦੋਂ ਅੰਤ ਦੀ ਗੱਲ ਚੱਲੇਗੀ ਖੁਦਾ ਦੀ ਪਰਮਾਤਮਾ ਦੀ ਮਹਾਰਾਜ ਕਹਿੰਦੇ ਉਹਦਾ ਅੰਤ ਕੋਈ ਨਹੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜੁੜਦੇ ਆ ਨਾ ਸੱਚੇ ਪਾਤਸ਼ਾਹ ਕਹਿੰਦੇ ਆ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਵੈਸੇ ਇਹ ਸਿਧਾਂਤ ਇਹ ਜੜੀਆਂ ਚਾਰ ਪੌੜੀਆਂ ਨੇ ਨਾ ਭੁਗਤ ਗਿਆਨ ਦਾ ਆ ਪੰਡਾਰਣ ਤੋਂ ਇਹ ਜੋਗੀਆਂ ਦਾ ਸਿਧਾਂਤ ਆ ਇਹਨਾਂ ਚਾਰਾਂ ਪੌੜੀਆਂ ਵਿੱਚ ਫਿਰ ਮਹਾਰਾਜ ਨੇ ਆਪਣਾ ਸਿਧਾਂਤ ਦੱਸਿਆ ਵੀ ਜੋਗੀ ਕੀ ਕਹਿੰਦੇ ਆ ਤੇ ਧਰਮ ਦਾ ਅਸਲ ਮੂਲ ਕੀ ਹੈ ਆ ਗੱਲਾਂ ਦੋ ਜੋਗੀਆਂ ਦੀਆਂ ਸੀ ਭੁਗਤ ਗਿਆਨ ਦਾ ਪੰਡਾਰਣ ਘਟ ਘਟ ਵਜਹਿਨਾਦ ਆਪ ਨਾਤ ਨਾਤੀ ਸਭ ਜਾ ਕੀ ਰਿੱਦ ਸਦਾਵਰਾ ਸਾਧ ਅੱਗੇ ਬਾਬਾ ਨਾਨਕ ਜੀ ਕਹਿੰਦੇ ਆ ਏਕਾਂ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਂ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਧਿਆਨ ਦੇਣਾ ਇਹ ਦੋਵੇਂ ਤੁਕਾਂ ਜੋਗੀਆਂ ਦਾ ਸਿਧਾਂਤ ਆ ਜੋਗੀ ਕਹਿੰਦੇ ਸੀ ਇੱਕ ਮਾਈ ਜੁਗਤੀ ਨਾਲ ਪ੍ਰਸੂਤ ਹੋਈ ਉਹਨੇ ਤਿੰਨ ਚੇਲਿਆਂ ਨੂੰ ਜਨਮ ਦਿੱਤਾ ਬ੍ਰਹਮਾ ਵਿਸ਼ਨ ਮਹੇਸ਼ ਜੀ ਨੂੰ ਆਡਾ ਡਿਊਟੀਆਂ ਲੱਗੀਆਂ ਉਹਨਾਂ ਦੀਆਂ ਇੱਕ ਸੰਸਾਰ ਨੂੰ ਬਣਾਉਂਦਾ ਇੱਕ ਪੰਡਾਰੀ ਭੋਜਨ ਦਿੰਦਾ ਇੱਕ ਲਾਇ ਦੀ ਬਾਣ ਇੱਕ ਮੌਤ ਦਾ ਪੈਗਾਮ ਭੇਜਦਾ ਗੁਰੂ ਨਾਨਕ ਸਾਹਿਬ ਫਿਰ ਆਪਣੀ ਗੱਲ ਕਰਦੇ ਕਰਦਿਆਂ ਕਹਿੰਦੇ ਆ ਜਿਉ ਤਿਸ ਪਾਵੈ ਜਿਵੇਂ ਪਰਮਾਤਮਾ ਨੂੰ ਪਾ ਰਿਆ ਆ ਤਿਵੇਂ ਚਲਾਵੇ ਸੰਸਾਰ ਉਦਾਂ ਚੱਲਦਾ ਆ ਹਰ ਦੁਨੀਆ ਦਾ ਜੀਵ ਉਹਦੇ ਹੱਥ ਦੇ ਵਿੱਚ ਉਹਦੀ 나ਥ ਆ ਉਹ 나ਥ ਆ ਬਾਕੀ ਤੇ ਅਸੀਂ ਸਾਰੇ ਉਹਦੀਆਂ ਨੱਥੀਆਂ ਆ ਆਪ 나ਥ 나ਥੀ ਸਭ ਜਾ ਕੀ ਉਹ 나ਥ ਹੈ ਸਾਡੇ ਨੱਕਾਂ ਵਿੱਚ ਉਹਦੇ ਹੁਕਮ ਦੀਆਂ ਨਕੇਲਾਂ ਪਾਈਆਂ ਬੰਦਾ ਕੋਸ਼ਿਸ਼ ਕਰੇ ਜੀ ਕੋਸ਼ਿਸ਼ ਕਰਨੀ ਚੰਗਾ ਫਰਜ਼ ਹੈ ਹੁੰਦਾ ਕੀ ਹੈ ਜੇ ਬੰਦਾ ਕਹੇ ਨਾ ਵੀ ਮੇਰੀ ਮਰਜ਼ੀ ਆ ਇੱਕ ਬਚਨ ਆਉਂਦਾ ਜੀ ਨੱਕ ਨੱਥ ਖਸ ਮਹੱਤ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਭਾਵ ਮੇਰੀ ਆਪਣੀ ਮਿਹਨਤ ਖਤਮ ਹੋ ਗਈ ਮੇਰੀਆਂ ਆਪਣੀਆਂ ਕੋਸ਼ਿਸ਼ਾਂ ਮੁੱਕ ਗਈਆਂ ਜਿੱਥੇ ਮਾਲਕ ਨੇ ਲੈ ਕੇ ਜਾਣਾ ਅਸਲ ਚ ਉਥੇ ਜਾਣਾ ਪਏਗਾ